ਸੋ ਸਤ ਸੰਗ ਜੀ ਪਰਮੇਸ਼ਰ ਦੀ ਆਗਾਧ ਕਥਾ ਹੈ ਕੁਝ ਕਹੀ ਨਹੀਂ ਜਾਂਦੀ ਹੈ ਕੋਈ ਨਿਰਗੁਣ ਦਾ ਆਪਾਸ਼ਕ ਹੈ ਕੋਈ ਸਰਗੁਣ ਦਾ ਆਪਾਸ਼ਕ ਹੈ ਭਗਤੀ ਦੀ ਲੈਨ ਚ ਬਾਦ ਬਵਾਦ ਨਹੀਂ ਹੈ ਦੇਵਾ ਪਾਹਨ ਤਾਰੀ ਅਲੇ RAM ਕਹਿਤ ਜਨ ਕਾ ਸੁਨਾ ਤਰੇ ਦੇਵਾ ਬਾਮਣ ਪੱਥਰ ਨੇ ਤਾਰ ਦਿੱਤਾ ਜਿੱਥੇ ਨਿਰਗੁਣ ਦੀ ਭਗਤੀ ਕਰਨੀ ਹੈ ਉੱਥੇ ਪੱਥਰ ਦਾ ਖੰਡਨ ਹੈ ਜਿੱਥੇ ਸੱਚੀ ਭਾਵਨਾ ਹੈ ਉੱਥੇ ਸੱਚੀ ਪੱਥਰ ਚੋਂ ਵੀ ਪ੍ਰਗਟ ਹੋ ਜਾਂਦਾ ਹੈ ਭਗਤੀ ਕੀਤੀ ਪੱਥਰ ਦੀ ਧੰਨੇ ਨੇ ਲੇਕਿਨ ਪੱਥਰ ਕਾ ਸਮਝ ਕੇ ਨਹੀਂ ਕੀਤੀ ਉਸ ਨੇ ਪਰਮੇਸ਼ਰ ਸਮਝ ਕੇ ਕੀਤੀ ਪਰਮੇਸ਼ਰ ਨੂੰ ਸੱਚੀ ਲਾਜ ਆਈ ਕਿ ਅੱਜ ਮੈਨੂੰ ਪੱਥਰ ਸਮਝਦਾ ਹੈ ਧੰਨਿਆ ਪੱਥਰ ਤਾਂ ਭੋਜਨ ਛਕਦੇ ਨਹੀਂ ਕਹਦਾ ਮੈਂ ਕਿਹੜਾ ਮਹਾਰਾਜ ਪੱਥਰ ਨੂੰ ਛਕਾਉਣਾ ਤੈਨੂੰ ਜਿਹੜਾ ਬੋਲਦਾ ਤੂੰ ਦਿਸਦਾ ਨਹੀਂ ਬੋਲਦਾ ਹੈਗਾ ਤੈਨੂੰ ਹੀ ਛਕਾਉਣਾ ਸਭ ਮੈਂ ਜੋਤ-ਜੋਤ ਹੈ ਸੋਏ ਸਾਰਿਆਂ ਵਿੱਚ ਸੱਜ ਸਮਝ ਉਸ ਦੀ ਜੋਤ ਵਰਤ ਰਹੀ ਹੈ ਜਿੱਥੇ ਕਿਸੇ ਨੇ ਨਿਚਾ ਧਾਰ ਲਿਆ ਬਾਤ ਨੀਚੇ ਦੀ ਹੈ ਦੇਵਾ ਬ੍ਰਾਹਮਣ ਸੀ ਸਤ ਸੰਗਤ ਜੀ ਮੰਦਰ ਚ ਪੂਜਾ ਕਰਿਆ ਕਰਦਾ ਠਾਕੁਰਾਂ ਦੀ ਰਾਜੇ ਬਨੋ ਰੋਜ ਮਾਲਾ ਜਾਇਆ ਕਰਦੀ ਜਿਵੇਂ ਆਪਾਂ ਹਰਿਮੰਦਰ ਸਾਹਿਬ ਚ ਫੁੱਲਾਂ ਦੀਆਂ ਬਾਲਾਂ ਤੜਕੇ ਤੜਕੇ ਚੜਾਉਂਦੇ ਨੇ ਉਸਨੇ ਕੀ ਕਰਨਾ ਸਤ ਸੰਜੀਠਾ ਕਰੀ ਦਾ ਇਸ਼ਨਾਨ ਕਰਾ ਕੇ ਮਾਲਾ ਪਾ ਦੇਣੀ ਗਲ ਵਿੱਚ ਜਦੋਂ ਸਤ ਸੰਜੀ 10 ਵਜੇ ਕਚਹਿਰੀ ਜਾਣ ਵੇਲੇ ਰਾਜੇ ਨੇ ਆਉਣਾ ਮੰਦਰ ਮੱਥਾ ਟੇਕਣ ਦੇਵੇ ਨੇ ਉਹੀ ਸਤ ਸੰਗਤ ਜੀ ਮਾਲਾ ਲੈ ਕੇ ਭਗਵਾਨ ਦੀ ਪੈਣੀ ਹੋਈ ਰਾਜੇ ਨੂੰ ਜਿਵੇਂ ਆਪਾ ਸਰਪਉ ਵੰਦਨੇ ਆ ਉੱਥੇ ਵੀ ਸਤ ਸੰਗਤ ਜੀ ਜਿਹੜਾ ਗੁਰੂਗ੍ਰਾਮ ਸਾਹਿਬ ਤੇ ਫੁੱਲ ਚੜ੍ਹਦੇ ਨੇ ਜੇ ਕਿਸੇ ਨੂੰ ਸਰਪਉ ਦੇ ਦੇ ਸੇਵਾਦਾਰ ਫਿਰ ਨਾਲ ਖਾੜ ਵੀ ਦੇ ਦਿੰਦੇ ਨੇ ਪਾ ਦਿੰਦੇ ਨੇ ਉਹ ਦੇਵਾ ਬੰਮਣ ਸਤ ਸੰਗਤ ਜੀ ਪਹਿਨੀ ਹੋਈ ਭਗਵਾਨ ਦੀ ਮਾਲਾ ਉਹ ਦੁਆਰਾ ਫਿਰ ਰਾਜੇ ਨੂੰ ਦੇ ਦਿੰਦਾ ਸੀ ਲੋ ਭਗਵਾਨ ਦੀ ਪਵਿੱਤਰ ਕੀਤੀ ਹੋਈ ਐ ਤੁਹਾਡਾ ਵੀ ਭਲਾ ਹੋ ਜੀ ਐ ਸਤ ਸੰਗਤ ਜੀ ਰਾਜੇ ਨੂੰ ਦੇ ਦਿੰਦਾ ਰਾਜਾ ਚਲਿਆ ਜਾਂਦਾ ਕਚਹਿਰੀ ਨੂੰ ਮੰਦਰ ਬੰਦ ਕਰਕੇ ਦੇਵਾ ਬ੍ਰਾਹਮਣ ਵੀ ਚਲਿਆ ਜਾਂਦਾ ਇੱਕ ਦਿਨ ਸਾਧ ਸੰਗਤ ਜੀ ਕੀ ਅਚਰਜ ਕੌਤਕ ਹੋਇਆ ਉਹਦੀ ਭਗਤੀ ਨੂੰ ਫਲ ਲੱਗਣਾ ਸੀ ਮਾਲਾ ਤਾਂ ਤੜਕੇ ਤੜਕੇ ਆਦੀ ਨੌਕਰਾਂ ਵੱਲੋਂ ਰਾਜੇ ਨੇ ਤੇਜ ਦਿੱਤੀ ਅਸ਼ਨਾਨਪਾਨ ਠਾਕੁਰ ਜੀ ਦੇ ਕਿਰਾਏ ਮੂਰਤੀ ਨੂੰ ਸਾਧ ਸੰਗਤ ਜੀ ਮਾਲਾ ਵੀ ਪਹਿਨਾ ਦਿੱਤੀ ਫੁੱਲਾਂ ਦੀ ਰਾਜਾ ਲੇਟ ਹੋ ਗਿਆ 10 ਵਜੇ ਆਇਆ ਹੀ ਨਾ ਦੇਵੇ ਨੇ ਸੋਚਿਆ ਵੀ ਹੁਣ ਰਾਜਾ ਤਾਂ ਨਹੀਂ ਅੱਜ ਆਉਂਦਾ ਕੋਈ ਟੜਕਾਰ ਪੈ ਗਈ ਮੰਦਿਰ ਤਾਂ ਉਹ ਮੈਂ ਬੰਦ ਕਰਨਾ ਹੀ ਹੈ ਉਹਨੇ ਸੋਚਿਆ ਵੀ ਮਾਲਾ ਤਾਂ ਕਮਲ ਆਈ ਜਾਣੀ ਹੈ ਭਗਵਾਨ ਦੇ ਗੜ ਚ ਹੁਣ ਮੈਂ ਪਾ ਲੈਣਾ ਗੜ ਚ ਉਹਨੇ ਭਗਵਾਨ ਦੇ ਗੜ ਚੋਂ ਸਤਸੰਗਤ ਜੀ ਅੱਗੇ ਤਾਂ ਰਾਜੇ ਦੇ ਗੜ ਚ ਪਾਉਂਦਾ ਸੀ ਆਪਣੇ ਗੜ ਚ ਭਾ ਕੇ ਚੁੱਪ ਕਰਕੇ ਬਾਹਰ ਨਿਕਲਿਆ ਮੰਦਿਰ ਨੂੰ ਬੰਦ ਕਰਨ ਲੱਗਾ ਜਦੋਂ ਸਤਸੰਗਤ ਜੀ ਲੱਗਾ ਤਖਤਿਆਂ ਨੂੰ ਭੇੜਨ ਜਦ ਹੀ ਰਾਜਾ ਆਉਂਦਾ ਦੇਖ ਪਿਆ ਦੂਰੋਂ ਡਰ ਗਿਆ ਕਿ ਨਾ ਰਾਜਾ ਤਾਂ ਆ ਰਿਹਾ ਜਦ ਹੀ ਸਤਸੰਗਤ ਜੀ ਤਖਤੇ ਖੋਲਦੇ ਹੁਣ ਸੋਚਦਾ ਮੈਂ ਕਰਾਂ ਕਿ ਮਾਲਾ ਕਿਵੇਂ ਫੁੱਲਾਂ ਦੀ ਦੇਵਾਂ ਭੇਟਾ ਕਰੂੰਗਾ ਰਾਜੇ ਨੂੰ ਦਰਦੇ ਨੇ ਛੇਤੀ ਜਣੇ ਆਪ ਦੇ ਗੜ੍ਹ ਚੋਂ ਲਾ ਕੇ satsang ji ਭਗਵਾਨ ਦੀ ਮੂਰਤੀ ਦੇ ਫੇਰ ਪਾਤੀ ਦੇਖ ਲੋ ਰਾਜੇ ਤੋਂ ਤਾਂ ਡਰਦਾ ਪਰ ਠਾਕੁਰ ਜੀ ਤੋਂ ਨਹੀਂ ਡਰਦਾ ਉੱਥੇ ਛੜ ਕਰਦਾ ਮਹਾਰਾਜ ਨੇ ਕਿਹਾ ਭਾਈ ਛੜਬੜ ਨਹੀਂ ਕਰਨਾ ਜੇ ਵਾਹਿਗੁਰੂ ਛੜੀਆਂ ਬੜੀਆਂ ਨੂੰ ਵੀ ਮਿਲ ਸਕਦਾ ਹੈ ਤਾਂ satsang ji ਨਸਕਪਟ ਹਿਰਦੇ ਵਾਲਿਆਂ ਨੂੰ ਕਿਉਂ ਨਹੀਂ ਮਿਲੇਗਾ ਰਾਜਾ ਆਇਆ ਮੱਥਾ ਟੇਕਿਆ ਉਹਦੇ ਦੇਖਦਿਆਂ ਸਾਹਮਣੇ ਦੇਵੇ ਪੰਡਤ ਨੇ ਕੀ ਕੀਤਾ ਠਾਕਰਾਂ ਦੇ ਸਾਥ ਸੰਗਤ ਜੀ ਗੱਲ ਚੋਂ ਮਾੜਾ ਲਾ ਕੇ ਰਾਜੇ ਦੇ ਗੱਲ ਚ ਪਾ ਦਿੱਤੀ ਜਿਸ ਵੇਲੇ ਰਾਜਾ ਬਾਹਰ ਨਿਕਲਿਆ ਆਪਨੇ ਵੀ ਜਾਣਾ ਸੀ ਟਾਈਮ ਹੋ ਚੁੱਕਿਆ ਸੀ ਮੰਦਰ ਬੰਦ ਕਰਤਾ ਕੀ ਦੇਖਦਾ ਰਾਜਾ ਸੱਤ ਸੰਗਤ ਜੀ ਉਹ ਮਾੜਾ ਦੇ ਵਿੱਚ ਧੌਲੇ ਫਸੇ ਹੋਏ ਯੋ ਬ੍ਰਾਹਮਣ ਦੇ ਸੀ ਦਾੜ੍ਹੀ ਅੱਜ ਕੱਲ ਮੁੰਡਨ ਕਰਾਉਣ ਲੱਗ ਗਿਆ ਅੱਜ ਤਾਂ ਅਸੀਂ ਵੀ ਇਹ ਹਜ ਕਰਦੇ ਅੱਗੇ ਬ੍ਰਾਹਮਣ ਪੰਡਿਤ ਲੋਕ ਦਾੜ੍ਹੀ ਕੇਸ ਰੱਖਿਆ ਕਰਦੇ ਸੀ ਉਹਦੇ ਸੱਤ ਸੰਜੀ ਧੌਲੇ ਦਾੜ੍ਹੀ ਸੀ ਜਦੋਂ ਛੇਤੀ ਦਿਨ ਨੂੰ ਨਾ ਹੋਣ ਲੱਗੇ ਨਾ ਆਪਦੇ ਘਰ ਤੋਂ ਮਾਲਾ ਉਹ ਧੌਲੇ ਕਿਤੇ ਦਾੜ੍ਹੀ ਦੇ ਵਿੱਚ ਫਸ ਗਏ ਜਦੋਂ ਰਾਜੇ ਨੇ ਸੱਤ ਸੰਜੀ ਪਾਈ ਦੇਖਦਾ ਹੈ ਵੀ ਮੇਰੇ ਤਾਂ ਧੌਲਾ ਕੋਈ ਨਹੀਂ ਇਹ ਫੁੱਲਾਂ ਵਿੱਚ ਧੌਲਾ ਕਿੱਥੋਂ ਆ ਗਿਆ ਬਾਹਰ ਨਿਕਲੇ ਪੰਡਤ ਨੂੰ ਕਹਿੰਦਾ ਰਾਜਾ ਹੈ ਪੰਡਤ ਜੀ ਭਗਵਾਨ ਜੀ ਬੁਢੇ ਹੋ ਗਏ ਕਿ ਹੁਣ ਭਗਵਾਨ ਦੇ ਦਾੜੀ ਵਿੱਚ ਉਹ ਕਿਤੇ ਉਥੋਂ ਵਾਲ ਫਸ ਗਿਆ ਹੋਣਾ ਪੰਡਤ ਕੀ ਕਹੇ ਕਹਿੰਦਾ ਹਾਂ ਜੀ ਭਗਵਾਨ ਤੋਂ ਬੁਢੇ ਹੋ ਗਏ ਕੁਦਰਤੀ ਮੰਦਰ ਸਾਹਿਬ ਸੰਜੇ ਨਿਹਰ ਕੋ ਪੁਜਿਆ ਹੁੰਦਾ ਕਿਸੇ ਮੰਦਰ ਜਾਓ ਆਮ ਸਾਫ ਚਾਨਣ ਨਹੀਂ ਹੁੰਦਾ ਹੁਣ ਤਾਂ ਬਿਜੜੀਆਂ ਹੋ ਗਈਆਂ ਕੋਈ ਚਾਨਣ ਹੈ ਅੱਗੇ ਕਿੱਥੇ ਸੀ ਕਾਇਤਾ ਬੈਠਾ ਰਾਜਾ ਕਹਿੰਦਾ ਚੰਗਾ ਕੱਲ ਨੂੰ ਦਰਸ਼ਨ ਕਰਾਂਗੇ ਚੰਗੀ ਤਰ੍ਹਾਂ ਪੈ ਗਿਆ ਬਾਹਮਣ ਨੂੰ ਫਿਕਰ ਵੀ ਕੱਲ ਨੂੰ ਰਾਜੇ ਨੇ ਕਰਨਾ ਦਰਸ਼ਨ ਭਗਵਾਨ ਤਾਂ ਬੁਢੇ ਨਹੀਂ ਹੋਏ ਭਗਵਾਨ ਤੇ ਤਾਂ ਦਾੜੀ ਵੀ ਨਹੀਂ ਹੈ ਵਾਲ ਤਾਂ ਮੇਰੇ ਫਸੇ ਹੋਏ ਸੀ ਜਿਉਂ ਸਾਥ ਸੰਗਧੀ ਪਿੱਛੇ ਮੁੜਿਆ ਦਰਵਾਜ਼ਾ ਖੋਲ ਕੇ ਮੰਦਰ ਦਾ ਅੰਦਰ ਵੜ ਗਿਆ हे ਭਗਵਾਨ ਜੀ ਤੁਹਾਡੇ ਦਾੜੀ ਆ ਜੇ हे ਭਗਵਾਨ ਜੀ ਤੁਹਾਡੇ ਦਾੜੀ ਆ ਸਾਰੀ ਰਾਤ ਇੱਤੇ ਹੁੰਦਾ ਰਿਹਾ اے ભગવાન جی میری لاج رکھو میں ਤੁਹਾਡਾ ਸੇਵਕ ہاں روز ਮਹਾਰਾ ਪੂਜਾ ਕਰਦਾ ਆਪਦੇ ਮਹਾਰਾ ਚਿੱਟੀ ਦਾੜ੍ਹੀ ਆ ਜੇ ਚਿੱਟੀ ਦਾੜ੍ਹੀ ਆ ਜੇ ਦਿਨ ਚੜਦੇ ਨੂੰ satsang ji دیکھ لو دو دو ਗੱਠਾਂ ਦਾੜ੍ਹੀ ਭਗਵਾਨ ਦੇ ਜਦੋਂ ਆਇਆ satsang ji ਰਾਜਾ ਦੇਖਣ ਹੈਰਾਨ ਹੋ ਗਿਆ ਵੀ ਕਿਸੇ ਮੰਦਰ ਵਿੱਚ ਭਗਵਾਨ ਦੇ ਦਾੜ੍ਹੀ ਨਹੀਂ ਇਸ ਮੰਦਰ ਚ ਤਾਂ ਭਗਵਾਨ ਜੀ ਬੁੱਢੇ ਹੋ ਗਏ ਖਾ ਨਹੀਂ ਦਾੜ੍ਹੀ ਕੀ ਸੋਹਣੀ ਹੈ ਦੇਵਾ ਪਹਨ ਤਾਰੀਏ ਦੇ ਰਾਮ ਕਹਿਤ ਜਨਕਸ ਨਾ ਤਰੇ ਭਗਤ ਜੀ ਕਹਿੰਦੇ ਨੇ ਗੁਰਬਾਣੀ ਚ ਹੇ ਮਹਾਰਾਜ ਦੇਵਾ ਬ੍ਰਾਹਮਣ ਸੀ ਥੋਡੀ ਪੱਥਰ ਮੂਰਤੀ ਨੂੰ ਮੰਨਦਾ ਸੀ ਉਹ ਤਾਰ ਦਿੱਤਾ ਉਹਦੇ ਕਹੇ ਲੱਗ ਕੇ ਦਾੜ੍ਹੀ ਆ ਗਈ ਰਾਮ ਕਹਿਤ ਜਨਕਸ ਨਾ ਤਰੇ ਜਿਹੜੇ ਰਾਮ ਰਾਮ ਕਹਿੰਦੇ ਕਿਉਂ ਨਹੀਂ ਤਰਨਗੇ ਉਹ ਸੋ ਖਾਲਸਾ ਜੀ ਇਹ ਮੂਰਤੀ ਦੇ ਆਸਰੇ ਤਰਿਆ ਜਾ ਸਕਦਾ ਹੈ ਤਾਂ ਸਤਿ ਸੰਗ ਜੀ ਨਾਮ ਸਿਮਰਦੇ ਆਸਰੇ ਵੀ ਤਰਿਆ ਜਾ ਸਕਦਾ ਹੈ